26 ਤਰੀਕ ਨੂੰ ਜਿਹੜਾ ਦਿੱਲੀ ਦੀ ਹਿੱਕ ਤੇ ਟਰੈਕਟਰ ਕੁੱਕਣਗੇ ਕਿ ਨਹੀਂ ਕੁੱਕਣਗੇ? ਕੁੱਕਣਗੇ ਜੀ, ਕੁੱਕਣਗੇ। ਦੱਸਿਆ ਜੋ ਜਿੱਦਾਂ ਕਿ ਜੋਸ਼ ਹੋਸ਼ ਤੇ ਚਲੋ ਬਜ਼ੁਰਗਾਂ ਕੋਲ ਹੈ ਹੀ ਆ, ਸਾਡੇ ਕੋਲ ਜੋਸ਼ ਆ, ਆਪਾਂ ਜਿੱਦਾਂ ਬਜ਼ੁਰਗ ਕਹਿਣਗੇ ਆਪਾਂ ਜਿੱਥੇ ਵੀ ਕਹਿਣਗੇ ਜਿੱਥੇ ਖਲੋਣਾ ਉੱਥੇ ਖਲੋ ਜਾਵਾਂਗੇ, ਜਿੱਥੇ ਬਹਿਣਾ ਬਹਿ ਜਾਵਾਂਗੇ। ਪਹਿਲੀ ਵਾਰੀ ਅਸੀਂ ਇਤਿਹਾਸ ਦੇ ਵਿੱਚ ਅਸੀਂ ਉਹਨਾਂ ਨਾਲ ਇਕੱਠੇ ਰਲ ਕੇ ਬੈਠੇ ਹਾਂ, ਅਸੀਂ ਇਕੱਠਿਆਂ ਰਲ ਕੇ ਉਹਨਾਂ ਨਾਲ ਖਾਧਾ ਆ, ਅਸੀਂ ਇਕੱਠੇ ਰਲ ਕੇ ਸੁੱਤੇ ਹਾਂ, ਸਾਡੀ ਆਪਸੀ ਭਾਈਚਾਰਕ ਸਾਂਝ ਬਣੀ ਆ। ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਵੀ ਉਹਨਾਂ ਨੂੰ ਕੋਈ ਵੀ ਸਾਡੇ ਖਿਲਾਫ਼ ਗੱਲ ਨਹੀਂ ਲੱਭਦੀ ਜਿਹੜੀ ਉਹ ਵਿਖਾ ਸਕਣ। ਉਹ ਸਾਨੂੰ ਖਾਲਿਸਤਾਨੀ ਦੱਸਦੇ ਨੇ, ਉਹ ਸਾਨੂੰ ਕੱਸਦੇ ਨੇ ਇਹਨਾਂ ਨੂੰ ਪੈਸਾ ਬਾਹਰੋਂ ਆ ਰਿਹਾ। ਜਦੋਂ ਅਸੀਂ ਆਪਣੀ ਜੇ ਉੱਥੇ ਸ਼ਹੀਦ ਹੋਣ ਡਏ, ਪਰ ਵੇਖੋ ਫਿਰ ਮਾਵਾਂ ਦੇ ਪੁੱਤ ਗੱਜਦੇ ਵੱਜਦੇ ਆ ਟਰਾਲੀਆਂ 'ਚ ਬੈਠੇ, ਟਰਾਲੀਆਂ ਸਮਾਨ ਨਾਲ ਭਰੀਆਂ ਜਾਣ ਡਏ, ਡਰਨ ਤਰਨ ਡਏ। ਹੁਣ ਜਿਹੜੀ ਆ ਸਰਕਾਰ ਦਾ ਤੋਮਰ ਦਾ ਮੂੰਹ ਵੇਖਿਆ ਕਰੋ, ਜਦੋਂ ਪ੍ਰੈਸ ਕਾਨਫਰੰਸ 'ਚ ਬੈਠਾ ਹੁੰਦਾ, ਉਹਨਾਂ ਪੰਜ ਤੀਰ ਬੰਦਾ ਸਿੰਘ ਬਹਾਦਰ ਨੂੰ ਦੇ ਕੇ ਅਤੇ ਪੰਜ ਸਿੰਘ ਨਗਾਰਾ ਦੇ ਕੇ ਅਤੇ ਜਿਹੜੀ ਜਿਹੜੀ ਸਰਹੰਦ ਫਤਿਹ ਕਰਾਤੀ ਸੀ, ਉਹ ਗੁਰੂ ਆਪ ਕਿੱਡਾ ਵੱਡਾ ਹੋਊਗਾ ਵੀ ਜਿਹੜੀ ਗਲਤੀ ਅੱਗੇ ਅਸੀਂ ਕੀਤੀਆਂ ਸੀ ਉਹ ਇਸ ਵਾਰ ਸਾਡੇ ਨੌਜਵਾਨ ਵੀਰ, ਫੌਜੀ ਵੀਰ, ਪੁਲਿਸ ਕਦੀ ਨਹੀਂ ਕਰਨਗੇ, ਅਸੀਂ ਆਪਸ 'ਚ ਕਦੀ ਨਹੀਂ ਲੜਾਂਗੇ। 26 ਜਨਵਰੀ ਵਾਲੇ ਦਿਨ ਦਿੱਲੀ ਦੀ ਹਿੱਕ ਦੇ ਉੱਤੇ ਕੁੱਕਣ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਟਰੈਕਟਰ ਮਾਰਚ ਕੀਤਾ ਜਾਣਾ ਹੈ, ਜਿਸ ਨੂੰ ਦੇਖਦੇ ਹੋਏ ਅੱਜ ਅੰਮ੍ਰਿਤਸਰ ਦੇ ਵਿੱਚ ਵੀ ਟਰੈਕਟਰਾਂ ਦੀ ਫਿਊਲਿੰਗ ਜਿਹੜਾ ਆ ਉਹ ਕੀਤੀ ਜਾ ਰਹੀ ਹੈ ਅਤੇ ਲੰਮੇ ਸਮੇਂ ਤੋਂ ਜੋ ਸਮਾਜ ਸੇਵੀ ਸੰਸਥਾਵਾਂ ਨੇ ਕੰਮ ਕਰ ਰਹੀਆਂ ਨੇ ਅਤੇ ਅੱਜ ਵੀ ਫ੍ਰੀ ਲੰਗਰ ਜਿਹੜਾ ਆ ਉਹ ਫ੍ਰੀ ਡੀਜ਼ਲ ਜਿਹੜਾ ਆ ਉਹ ਪਵਾਇਆ ਜਾ ਰਿਹਾ। ਤੁਸੀਂ ਵੇਖ ਸਕਦੇ ਹੋ ਕਿ ਟਰੈਕਟਰ ਟਰਾਲੀਆਂ ਜਿਹੜੀਆਂ ਨੇ ਉਹ ਪੈਟਰੋਲ ਪੰਪ 'ਤੇ ਪਹੁੰਚ ਚੁੱਕੀਆਂ ਨੇ, ਹੁਣ ਲਗਾਤਾਰ ਹੀ ਫਿਊਲਿੰਗ ਦਾ ਕੰਮ ਜਿਹੜਾ ਆ ਉਹ ਸ਼ੁਰੂ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਜਿਹੜਾ ਹੈ ਦਿੱਲੀ ਵੱਲ ਨੂੰ ਕੂਚ ਜਿਹੜੀ ਹੈ ਉਹ ਕੀਤੀ ਜਾਵੇਗੀ। ਜੇਕਰ ਗੱਲ ਕੀਤੀ ਜਾਵੇ ਕਿ ਨੌਜਵਾਨਾਂ ਦੀ ਤਾਂ ਹਮੇਸ਼ਾ ਹੀ ਟਰੈਕਟਰਾਂ ਨੂੰ, ਬੁਲਟ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਉਹਨਾਂ ਵੱਲੋਂ ਜਿਹੜਾ ਆ ਉਹ ਸ਼ਿੰਗਾਰ ਜਿਹੜਾ ਆ ਉਹ ਕੀਤਾ ਗਿਆ ਹੁੰਦਾ ਆ। ਕੁਛ ਨੌਜਵਾਨ ਜਿਹੜੇ ਨੇ ਉਹ ਵੀ ਜਿਹੜੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਅਤੇ ਉਸ ਤੋਂ ਬਾਅਦ ਉਹਨਾਂ ਵੱਲੋਂ ਹੁਣ ਜਿਹੜਾ ਆ ਦਿੱਲੀ ਵੱਲ ਨੂੰ ਜਿਹੜਾ ਆ ਕੂਚ ਕੀਤੀ ਜਾਵੇਗੀ। ਮੇਰੇ ਨਾਲ ਇੱਕ ਵੀਰ ਮੌਜੂਦ ਹੈ, ਗੱਲਬਾਤ ਕਰ ਲੈਣੇ ਵੀਰ ਜੀ, ਅੱਜ ਦਿੱਲੀ ਵੱਲ ਕੂਚ ਕਰ ਰਹੇ ਹੋ, ਕੀ ਕਹਿਣਾ ਚਾਹੋਗੇ 26 ਤਰੀਕ ਨੂੰ ਜਿਹੜਾ ਆ ਦਿੱਲੀ ਦੀ ਹਿੱਕ 'ਤੇ ਟਰੈਕਟਰ ਕੁੱਕਣਗੇ ਕਿ ਨਹੀਂ ਕੁੱਕਣਗੇ? ਕੁੱਕਣਗੇ ਜੀ, ਕੁੱਕਣਗੇ, ਜੋ ਸਾਡੇ ਦਾੜੀ ਮੋਹ ਪਰ ਲੱਗੇ ਹੋਏ ਆ ਜੋ ਵੀ ਉਹ ਕਹਿਣਗੇ ਆਪਾਂ ਉੱਦਾਂ ਕਰਾਂਗੇ ਜੀ। ਲਗਾਤਾਰ ਹੀ ਦਿੱਲੀ ਵੱਲ ਜਿਹੜੀ ਆ ਦਿੱਲੀ ਦੀ ਜੀ ਕੇਂਦਰ ਸਰਕਾਰ ਹੈ ਉਹ ਕਹਿ ਰਹੀ ਹੈ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ, ਲੇਕਿਨ ਕੋਈ ਸਾਰਥਿਕ ਹੱਲ ਨਹੀਂ ਨਿਕਲ ਪਾ ਰਿਹਾ, ਕਿਸ ਤਰ੍ਹਾਂ ਵੇਖਦੇ ਹੋ? ਮੀਟਿੰਗਾਂ ਵਿੱਚ ਕੋਈ ਨਤੀਜਾ ਨਹੀਂ ਨਿਕਲ ਰਿਹਾ ਜੀ, ਜੋ ਕਹਿਣ ਡਿਆ ਜੀ 2 ਸਾਲ ਵਾਸਤੇ ਆਪਾਂ ਡਰਾਅ ਕਰ ਦਿੰਦੇ ਹਾਂ ਉਹ ਅਨਮਜ਼ੂਰ ਨਹੀਂ ਹੈ ਜੀ। ਅਤੇ ਕਿਆ ਲੱਗਦਾ ਹੈ ਕਿ ਸਿਰਫ ਇੱਕ ਲੋਲੀਪੋਪ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 2 ਸਾਲ ਦੀ? ਇਹ ਬਿਲਕੁਲ ਲੋਲੀਪੋਪ ਹੀ ਹੈ ਜੀ, ਕਿਸਾਨਾਂ ਨਾਲ ਇਹ ਧੋਖਾ ਹੀ ਹੋ ਰਿਹਾ ਜੀ। ਹਮੇਸ਼ਾ ਹੀ ਜਿਹੜਾ ਵੀ ਕਿਸਾਨ ਨੇ ਹਜੇ ਤੱਕ ਕਾਲ ਦਿੱਤੀਆਂ ਨੇ ਉਹ ਹਜੇ ਤੱਕ ਇਸ ਤਰ੍ਹਾਂ ਦੀਆਂ ਪੂਰੀਆਂ ਕੀਤੀਆਂ ਨੇ ਜਿੰਨੀਆਂ ਵੀ ਕਾਲਸ ਹੋਈਆਂ ਨੇ, ਕਿਆ ਹੁਣ ਜਿਹੜੀ ਹੈ ਕਾਲ ਦਿੱਤੀ ਗਈ ਹੈ 26 ਤਰੀਕ ਵਾਲੀ ਇਹ ਵੀ ਪੂਰੀ ਕੀਤੀ ਜਾਏਗੀ? ਇਹ ਵੀ ਕਰਾਂਗੇ ਜੇ ਉਹ ਸਾਡੇ ਜਿੱਦਾਂ ਉਹ ਕਹਿਣਗੇ ਜੀ, ਗਾੜੀ ਲੱਗੇ ਹੋਏ ਆ ਜਥੇਬੰਦੀਆਂ ਦੇ ਮੋਦਵਾਰ, ਜਿੱਦਾਂ ਕਹਿਣਗੇ ਉੱਦਾਂ ਕਰਾਂਗੇ ਜੀ। ਨੌਜਵਾਨਾਂ ਦਾ ਉਤਸ਼ਾਹ ਜਿਹੜਾ ਆ ਉਹ ਲਗਾਤਾਰ ਹੀ ਵੇਖਣ ਨੂੰ ਬਣ ਰਿਹਾ, ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਭਾਰੀ ਗਿਣਤੀ ਦੇ ਵਿੱਚ ਜਿਹੜਾ ਆ ਉਹ ਦਿੱਲੀ ਵੱਲ ਨੂੰ ਜਿਹੜਾ ਕੂਚ ਕਰ ਰਹੇ ਨੇ। ਵੀਰ ਇੱਕ ਹੋਰ ਨਾਲ ਮੌਜੂਦ ਹੈ ਵੀਰ ਜੀ, ਨੌਜਵਾਨਾਂ ਦਾ ਕਿੰਨਾ ਕੁ ਵੱਡਾ ਰੋਲ ਸਮਝਦੇ ਹੋ ਦਿੱਲੀ ਦੇ ਵਿੱਚ ਟਰੈਕਟਰ ਮਾਰਚ ਨੂੰ ਕਰਵਾਉਣ ਵਾਸਤੇ? ਜੀ ਪਹਿਲੀ ਗੱਲ ਤਾਂ ਜੀ ਜੋ ਬਜ਼ੁਰਗ ਕਹਿਣਗੇ ਕਰਨਾ ਤਾਂ ਉਦਾਂ ਹੀ ਆ, ਸਾਡਾ ਬਜ਼ੁਰਗਾਂ ਦਾ ਹੋਸ਼ ਆ, ਅਸੀਂ ਆਪਣੇ ਜੋਸ਼ ਨਾਲ ਚੱਲਾਂਗੇ, ਜਿੱਦਾਂ ਬਜ਼ੁਰਗ ਕਹਿਣਗੇ ਉਦਾਂ ਹੀ ਕਰਾਂਗੇ। ਬਾਕੀ ਇਹ ਕਿ ਚੱਲੇ ਹਾਂ ਹੁਣ, ਚਲੋ ਸੰਗਤ ਦੇ ਨਾਲ ਹੀ ਆ, ਜੋ ਵੀ ਜਿੱਦਾਂ ਕਰਨਗੇ ਸਾਰਾ ਕੁਝ ਉਦਾਂ ਹੀ ਚੱਲੂਗੇ ਕੰਮ, ਕਿਉਂਕਿ ਆਪਾਂ ਆਪਣੇ ਕੋਲੋਂ ਤਾਂ ਕੁਝ ਕਰ ਨਹੀਂ ਸਕਦੇ, ਨਾ ਹੁੱਲੜਬਾਜ਼ੀ ਕਰ ਸਕਦੇ ਹਾਂ, ਕਿਉਂਕਿ ਹੁੱਲੜਬਾਜ਼ੀ ਗੌਰਮੈਂਟ ਦੇ ਅੱਗੇ ਚਾਹੁੰਦੀ ਹੈ ਕਿ ਹੁੱਲੜਬਾਜ਼ੀ ਕਰਨ ਅਤੇ ਸਾਰਾ ਸੰਘਰਸ਼ ਖਰਾਬ ਹੋਵੇ। ਸੋ ਅਸੀਂ ਜਿੱਦਾਂ ਵੀ ਕੰਟਰੋਲ 'ਚ ਰਹੇ ਆਪਣਾ ਕੰਮ ਕਰਾਂਗੇ, ਜੋ ਵੀ ਕਰਾਂਗੇ। ਪੰਜਾਬ ਤੋਂ ਦਿੱਲੀ ਵੱਲ ਨੂੰ ਜਾਇਆ ਜਾ ਰਿਹਾ ਸੀਗਾ ਹਰਿਆਣੇ ਦੇ ਵਿੱਚ, ਜਦੋਂ ਤੁਹਾਡੇ ਟੋਏ ਪੁੱਟੇ ਗਏ, ਯੂਥ ਨੇ ਬੜਾ ਵਧੀਆ ਆਈਕੋਨ ਜਿਹੜਾ ਸੀਗਾ ਉਹਨੇ ਆਪਣਾ ਵਧੀਆ ਰੋਲ ਦਿਖਾਇਆ ਸੀਗਾ, ਕਿਆ ਲੱਗਦਾ ਕਿ ਦਿੱਲੀ ਦੇ ਵਿੱਚ ਟਰੈਕਟਰ ਰੈਲੀ ਦੇ ਵਿੱਚ ਵੀ ਯੂਥ ਜਿਹੜਾ ਆ ਅੱਵਲ ਜਿਹੜਾ ਰੋਲ ਆਪਣਾ ਅਦਾ ਕਰੇਗਾ? ਜ਼ਰੂਰ ਜੀ ਜ਼ਰੂਰ, ਕਿਉਂਕਿ ਦੱਸਿਆ ਜੋ ਜਿੱਦਾਂ ਕਿ ਜੋਸ਼ ਹੋਸ਼ ਤੇ ਚਲੋ ਬਜ਼ੁਰਗਾਂ ਕੋਲ ਹੈ ਹੀ ਆ, ਸਾਡੇ ਕੋਲ ਜੋਸ਼ ਆ, ਆਪਾਂ ਜਿੱਦਾਂ ਬਜ਼ੁਰਗ ਕਹਿਣਗੇ ਆਪਾਂ ਜਿੱਥੇ ਵੀ ਕਹਿਣਗੇ ਜਿੱਥੇ ਖਲੋਣਾ ਉੱਥੇ ਖਲੋ ਜਾਵਾਂਗੇ, ਜਿੱਥੇ ਬਹਿਣਾ ਬਹਿ ਜਾਵਾਂਗੇ, ਕੋਈ ਗੱਲ ਨਹੀਂ, ਕਿਉਂਕਿ ਇੱਦਾਂ ਦੀ ਕੋਈ ਗੱਲ ਨਹੀਂ ਕਿ ਆਪਾਂ ਉੱਥੇ ਆਪਾਂ ਕੋਈ ਪੀਸਫੁਲੀ ਪ੍ਰੋਟੈਸਟ ਕਰਨ ਚੱਲੇ ਹਾਂ, ਕੋਈ ਇੱਦਾਂ ਦਾ ਕੋਈ ਕਿ ਇਹ ਨਹੀਂ ਕਿ ਆਪਾਂ ਕੋਈ ਇਸੇ ਲੜਾਈ ਝਗੜਾ ਕਰਨਾ ਕਿਸੇ ਨਾਲ, ਪੂਰਾ ਯੋਗਦਾਨ ਦੇਣਗੇ ਜਿੰਨਾ ਵੀ ਯੂਥ ਆਉਣ ਡਿਆ ਆ। ਅਸੀਂ ਇਹ ਵੀ ਮੈਸੇਜ ਦੇਣਾ ਚਾਹੁੰਦੇ ਕਿ ਜਿਹੜਾ ਯੂਥ ਘਰ ਬੈਠਾ ਉਹ ਵੀ ਆਵੇ, ਸਾਰੇ ਆਪਣੇ ਮਤਲਬ ਕਿ ਪਾਰਟੀਸਪੇਟ ਕਰਨ ਸੰਘਰਸ਼ ਦੇ ਵਿੱਚ, ਕਿਉਂਕਿ ਕੱਲ੍ਹ ਅਸੀਂ ਵੀ ਆਪਣੇ ਬੱਚਿਆਂ ਨੂੰ ਦੱਸਣਾ ਕਿ ਅਸੀਂ ਯੂਥ ਦੇ ਨਾਲ ਮਤਲਬ ਕਿ ਸੰਘਰਸ਼ ਦੇ ਵਿੱਚ ਗਏ ਸੀ, ਆਪਾਂ ਜੁੜੇ ਸੀ, ਕਿਉਂਕਿ ਫਿਰ ਗੱਲ ਆ ਜਾਂਦੀ ਅਣਖ ਦੀ ਸਿੱਧੀ ਗੱਲ।
माझा एड की गल की जाए फ्री सेवा जी की जा रही है डीजल की, किस तरह देखते हो कि फायदा मिलता है इस तरह देवावान जो मिलती है, क्योंकि कई लोग ने काफ़ी आर्थिक हालत तो उन्होंने बहुत माड़ी है, कि किस तरह देखते हो इस तरह देवा? इदा है कि कोई किसान कोई घरों तगड़ा है, कोई माड़ा है, किसी जमीन वध है कि घट आ, बट ये कि चलो जे इन्होंने अपने पेट्रोल पंप वाले वीर ने अपना साथ दिता कि आप जिदा भी साथ देना उन्होंने अपना दे रहे हैं, क्योंकि पेट्रोल की भी लोड़ पैनी, सफ़र बहुत लंबा आ, सो इस करके वधिया लग रहा है भी कि चलो वीर दे रहे संजोग सारे किसान वीर। तुम लगातार तस्वीर देख सकते हो कि फ्यूलिंग जी हूँ करवाई जा रही है, लगातार ही कोशिश भी यही है कि जोड़े लोग जड़े ने आर्थिक हालत जी उन्होंने ठीक नहीं किसानों की उन्होंने मदद की जा सके। गुशन वीर जी मेरे नाम मौजूद ने, वीर जी लगातार दूसरी बार तुम ये सेवा कर रहे हो, किस तरह बल मिलता है, क्योंकि लगातार ही केंद्र सरकार जी घुटने नहीं टेक पा रही, हालांकि अमेंडमेंट की गल की जा रही, हूँ दो साल की गल की जा रही कि दो साल के बाद जो कर देने रद्द कर देने, किस तरह वेख दो सारे? देखो जी, ये गुरु नानक साहब का लाया लंगर आ, सच्चे पातशाह की वोट आसरे नाल साढ़े एन आर आई वीर जड़े ने उन्हां दे संजोग नाल वो बहुत फिक्रमंद ने सत समुंदरों पार अपने भाईचारे लिए अपने परिवारों लिए इस अंदोलन लिए उन्हां दे संजोग नाल साढ़े माझा एड दे जिन्ने इत्थे नौजवान वीर ने, माझा एड आस्ट्रेलिया, माझा एड अमृतसर जिन्ने नौजवान वीर ने साढ़े, वो साढ़े नाल बड़ा संजोग देंदे ने, उन्हां दे संजोग नाल असीं पहलों डीजल की सेवा जिहड़ी शुरू कीती सी, फिर असी ट्रैक सूटां दी उत्थे जिहड़े गर्म ट्रैक सूट वंडे सी जाके दिल्ली, फिर असी उस लड़ी नूं चलदे आ। अज देखो अमृतसर दे कुलचे बड़े मशहूर ने, सफ़र बड़ा लम्मा आ, अज असी कुलचे जिहड़े ने वो अमृतसर दे जिहड़े कुलचा लैंड वाले रणजीत आवली मशहूर उन्हां दी संजोग नाल इत्थे कुलच उन्हां दी टीम लगी आ, पूरी पूड़ियां छोलियां दे लंगर ने, पानी दा पैकेटां वाला प्रबंध आ, गलासां वाला चाह दे लंगर लगे ने समुची, असी साडा सारे नौजवानों का सारे पंजाब का ही अज वेखो इस अंदोलन बहुत वड्डा संजोग आ, ये साढ़े हक की साड़ी होन की लड़ाई आ, ये साढ़े किसी कोई मैं नहीं समझता भी ये किसी एक पार्टी की लड़ाई आ, अज हर इंसान जड़ा आ पूरा भारत का जड़ा किसान आ वो एक मुठ एक जुट, अज हरियाणा साढ़े नाल साडा जिहड़ा भरा बन के जिहड़ी उन्हां वड्डापन विखाया जदों दे देखो सूबे वखरे बने ने, पहली वारी असी इतिहास दे विच असी उन्हां नाल इकट्ठे रल के बैठे हाँ, असी इकट्ठिया रल के उन्हां नाल खाधा आ, असी इकट्ठे रल के सुते हाँ, साडी आपसी भाईचारक सांझ बनी आ, हमेशा सानू लड़ाया गया, भावें उह पाणी दे मुद्दे ने, भावें उह कुछ होर आ राजनीति तहत, पर अज मैं महसूस करदा कि जिथे साडा बहुत वड्डा ये अंदोलन आना नुकसान होया उत्थे अज पंजाब दा कि पूरे मतलब भारत दा नौजवान जागया, हर एक बंदे ने समझा भी साडा नुकसान किथे आ, नफा किथे आ, साडे नाल जास्ती हुंदी आ, अज हर एक नौजवान वेखो इकट्ठे ने सवेर दे वेखो लगातार सेवा कर रहे ने, जे दिल्ली जाके वेखदे आ प्रेम भावनावां नाल एक दूजे का माण सत्कार प्यार मतलब एक वक्री मिसाल आ, वाहेगुरु की कृपा आ, सच्चे पातशाह दी सारा गोदी मीडिया सारिया सरकार दियां एजेंसियां इस अंदोलन नूं फेल करने लगियां ने, पर वेखो वाहेगुरु सच्चे पातशाह दी बख्शिश कि उन्हां नूं कोई भी साढ़े खिलाफ गल नहीं लभदी जिहड़ी उह विखा सकण, वो सानू खालिस्तानी दसदे ने, वो सानू कसदे ने इन्हां नूं पैसा बाहरों आ रहा। देखो अज मेरा छोटा भरा आस्ट्रेलिया 'च बैठा, जे साडे ते कोई भीड़ बनदी आ असी अपनी रोजी रोटी लई साडे भरा उत्थे गए ने, साडे उन्हां नूं उन्हां दा परिवार इत्थे आ, उन्हां दे घर इत्थे ने, उन्हां दे माँ प्यो इत्थे ने, उन्हां दे माँ प्यो अंदोलनां 'च बैठे ने, वो क्यों ना पंजाब दी गल करन? ਤੁਸੀਂ ਪੰਜਾਬ ਦੀ ਗੱਲ ਕਰ ਰਹੇ ਹੋ, ਏਜੰਸੀਆਂ ਦੀ ਗੱਲ ਕਰ ਰਹੇ ਹੋ, ਐਨ ਆਈ ਏ ਵੱਲੋਂ ਲਗਾਤਾਰ ਨੋਟਿਸ ਜਾਰੀ ਕੀਤੇ ਜਾ ਰਹੇ ਨੇ, ਚਾਹੇ ਉਹ ਕਿਸਾਨ ਆਗੂ ਹੋਣ, ਚਾਹੇ ਉਹ ਕਿਸਾਨ ਹੋਣ, ਚਾਹੇ ਉਹ ਪੱਤਰਕਾਰੀ ਕਿਉਂ ਨਾ ਹੋਣ, ਕਿਸ ਤਰ੍ਹਾਂ ਵੇਖਦੇ ਹੋ ਏਜੰਸੀ ਤਾਂ ਆਲਰੇਡੀ ਇਹਨੂੰ ਫੇਲ ਕਰਨ ਦੇ ਵਿੱਚ ਹਰ ਇੱਕ ਜਗ੍ਹਾ 'ਤੇ ਕਰ ਰਹੀਆਂ, ਤੁਸੀਂ ਵੀ ਕਹਿ ਰਹੇ ਹੋ ਜਿਸ ਤਰ੍ਹਾਂ ਬਾਹਰੋਂ ਪੈਸੇ ਆ ਰਹੇ ਨੇ ਉਸ ਨੂੰ ਐਨ ਆਈ ਏ ਜਿਹੜੀ ਆ ਗਲਤ ਰੂਪ ਜਿਹੜਾ ਆ ਦੇਣ ਦੀ ਕੋਸ਼ਿਸ਼ ਵੀ ਕਰ ਰਿਹਾ, ਕਿਸ ਤਰ੍ਹਾਂ ਵੇਖਦੇ ਹੋ ਕਿੱਦਾਂ ਕੀ ਹੋਣਾ ਚਾਹੀਦਾ ਇਸ ਮਾਮਲੇ? ਦੇਖੋ ਜੀ, ਖਾਲਸਾ ਏਡ ਨੇ ਸੀਰੀਆ ਜਦੋਂ ਅਟੈਕ ਹੋਏ ਉੱਥੇ ਜਾ ਕੇ ਲੰਗਰ ਲਾਏ,
ਸਾਡੇ ਧਰਮ 'ਚ ਸਾਡੇ ਗੁਰੂਆਂ ਵੱਲੋਂ ਸਾਨੂੰ ਸਿਖਾਈ ਇਹੋ ਗੱਲ ਗਈ ਆ, ਅਸੀਂ ਕਿਸੇ ਲਈ ਕੁਰਬਾਨ ਹੋਣਾ ਜਾਣਦੇ ਹਾਂ। ਲੰਗਰ ਸਾਡੀ ਦੇਖੋ ਹਰ ਗੁਰਦੁਆਰਾ ਸਾਹਿਬ ਅਸੀਂ ਜਦੋਂ ਜਾਂਦੇ ਹਾਂ ਪਹਿਲਾਂ ਲੰਗਰ ਛਕਣ ਦੀ ਪ੍ਰਥਾ, ਇਹ ਜਿਹੜੀਆਂ ਗੱਲਾਂ ਨੇ ਇਸ ਇਹਨਾਂ ਨੇ ਅੰਦੋਲਨ ਨੂੰ ਸਾਨੂੰ ਖਰੀਦਣ ਦੀ ਕੋਸ਼ਿਸ਼ ਕੀਤੀ, ਕਿਸਾਨ ਜਥੇਬੰਦੀਆਂ ਨੂੰ ਪਾੜਨ ਦੀ ਕੋਸ਼ਿਸ਼ ਕੀਤੀ, ਮਤਲਬ ਏਜੰਸੀਆਂ ਤੋਂ ਉਹਨਾਂ ਨੂੰ ਧਮਕੀਆਂ ਦਿੱਤੀਆਂ, ਆੜ੍ਹਤੀਆਂ ਦੇ ਘਰਾਂ 'ਚ ਇਨਕਮ ਟੈਕਸ ਦੇ ਰੇਡ ਹੋ ਗਏ, ਅੱਜ NIA ਦੇ ਨੋਟਿਸ ਆ ਗਏ। ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਣਾ। ਇਹ ਸਰਕਾਰ ਦੇਖੋ ਅੱਜ ਇਹ ਅੰਦੋਲਨ ਜਿਹੜਾ ਪੰਜਾਬ 'ਚੋਂ ਉੱਠ ਕੇ, ਪਿੰਡਾਂ 'ਚੋਂ ਉੱਠ ਕੇ, ਇੱਕ ਜ਼ਿਲ੍ਹੇ 'ਚੋਂ ਉੱਠ ਕੇ, ਜ਼ਿਲ੍ਹਿਆਂ 'ਚੋਂ ਉੱਠ ਕੇ, ਪਹਿਲਾਂ ਸੂਬੇ ਦਾ ਬਣਿਆ, ਅੱਜ ਦੇਸ਼ ਦਾ ਬਣ ਗਿਆ, ਪੂਰੇ ਵਰਲਡ ਦੇ ਵਿੱਚ ਵੇਖੋ ਅੱਜ ਇਹਦਾ ਕਿੱਡੀ ਵੱਡੀ ਤਾਦਾਦ ਦੇ ਵਿੱਚ, ਹਰ ਅੰਬੈਸੀਆਂ ਦੇ ਮਗਰ ਜਿੰਨੇ ਸਾਡੇ ਨੌਜਵਾਨ ਵੀਰ ਨੇ ਉਹ ਖਲੋਤੇ ਨੇ। ਇਹ ਇਹਨਾਂ ਦੀ ਸੋਚ ਸਮਝ ਤੋਂ ਪਰੇ ਆ, ਇਹਨਾਂ ਦੇ ਡਰਾਇਆਂ ਪੰਜਾਬ ਦੇ ਲੋਕ ਡਰਨ ਵਾਲੇ ਨਹੀਂ ਆ। ਜਦੋਂ ਦੇਸ਼ ਆਜ਼ਾਦ ਹੋਇਆ ਅਸੀਂ ਡਟ ਕੇ ਕੁਰਬਾਨੀਆਂ ਦਿੱਤੀਆਂ, ਅੱਜ ਵੀ ਸਾਨੂੰ ਜਿੰਨੀਆਂ ਮਰਜ਼ੀ ਕੁਰਬਾਨੀਆਂ ਦੇਣੀਆਂ ਪੈਣ, ਜੋ ਮਰਜ਼ੀ, ਜਦੋਂ ਅਸੀਂ ਆਪਣੀ ਜਾਨ ਦੀ ਪਰਵਾਹ ਨਹੀਂ ਕਰਦੇ ਵੀ ਸਾਡੇ ਉੱਥੇ 70 ਸਿੰਘ ਸ਼ਹੀਦ ਹੋ ਚੁੱਕੇ ਨੇ, ਜਥੇਬੰਦੀਆਂ ਦਾ ਹੁਕਮ ਆ 700 ਸ਼ਹੀਦ ਹੋ ਜੇ, ਜਥੇਬੰਦੀਆਂ ਕਹਿੰਦੀਆਂ 7000 ਸ਼ਹੀਦ ਹੋ ਜੇ, ਜਦੋਂ ਅਸੀਂ ਆਪਣੀ ਜੇ ਉੱਥੇ ਸ਼ਹੀਦ ਹੋਣ ਡਏ, ਪਰ ਵੇਖੋ ਫਿਰ ਮਾਵਾਂ ਦੇ ਪੁੱਤ ਗੱਜਦੇ ਵੱਜਦੇ ਆ ਟਰਾਲੀਆਂ 'ਚ ਬੈਠੇ, ਟਰਾਲੀਆਂ ਸਮਾਨ ਨਾਲ ਭਰੀਆਂ ਜਾਣ ਡਏ, ਡਰਨ ਤਰਨ ਡਏ। ਜਿੰਨਾ ਧੱਕਾ ਕਰਨਗੇ, ਜਿੰਨੇ ਨੋਟਿਸ ਦੇਣਗੇ, ਜੋ ਉਨੀ ਵੱਧ ਗਿਣਤੀ ਦੇ ਵਿੱਚੋਂ ਅਸੀਂ ਗੱਜ ਵੱਜ ਕੇ ਪੰਜਾਬ 'ਚ ਜਿਹੜੇ ਨੌਜਵਾਨ ਨੇ, ਬਜ਼ੁਰਗ ਨੇ, ਪਰਿਵਾਰ ਲੈ ਕੇ ਸਾਰਾ ਪਰਿਵਾਰ ਉੱਥੇ ਲੋਕ ਜਾ ਰਹੇ ਨੇ। ਇਹ ਹੁਣ ਸਰਕਾਰ ਜਿਹੜੀ ਆ, ਵੇਖੋ ਕਦੀ ਇਹ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਸਨ, ਕਦੀ ਇਹ ਸਾਨੂੰ ਚਿੱਠੀ ਪੱਤਰ ਰਾਹੀਂ ਗੱਲ ਕਰਦੇ ਸਨ। ਅੱਜ ਵਕਤ ਆ ਗਿਆ, ਚਾਰ ਚਾਰ ਪੰਜ ਪੰਜ ਮੰਤਰੀ ਬੈਠੇ ਨੇ, ਅੱਜ ਕਹਿੰਦੇ 2 ਸਾਲ ਲਈ ਕੇਸ ਡਿਲੇ ਕਰ ਦਿੰਦੇ ਹਾਂ। ਇਹ ਹੁਣ ਜਿਹੜੀ ਆ ਸਰਕਾਰ ਦਾ ਤੋਮਰ ਦਾ ਮੂੰਹ ਵੇਖਿਆ ਕਰੋ, ਜਦੋਂ ਪ੍ਰੈਸ ਕਾਨਫਰੰਸ 'ਚ ਬੈਠਾ ਹੁੰਦਾ, ਅੱਜ ਇਹਨਾਂ ਦੀ ਕਹਿਣੀ ਕਥਨੀ 'ਚ ਜਿਹੜਾ ਨਾ, ਅੱਜ ਇਹਨਾਂ ਦਾ BJP ਦਾ ਲੀਡਰ ਪੰਜਾਬ 'ਚ ਕੋਈ ਬਾਹਰ ਨਿਕਲ ਕੇ ਵਿਖਾਵੇ, ਇਹ ਬਹੁਤ ਵੱਡੀ ਗਲਤੀ ਆ। ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਗਲਤੀ ਕਿਸੇ ਕੋਲ ਵੀ ਹੋ ਸਕਦੀ ਆ, ਤੁਸੀਂ ਗਲਤੀ ਕੀਤੀ ਆ, ਗਲਤੀ ਹੋ ਗਈ ਆ, ਆਪਣੇ ਤੁਹਾਡੇ ਕੋਲ ਕਾਨੂੰਨ ਵਾਪਸ ਲੈ ਲਓ, ਤੁਸੀਂ ਆਪਣੇ ਘਰੇ, ਅਸੀਂ ਆਪਣੇ ਘਰੇ। ਕੋਈ ਵੀ ਦੇਖੋ ਘਰਾਂ 'ਚੋਂ ਜਾ ਕੇ ਅੱਜ 80-80 ਸਾਲ ਦੀਆਂ ਜਿਹੜੀਆਂ ਸਾਡੀਆਂ ਮਤਾਵਾਂ ਨੇ, ਅੱਜ ਜਿਹੜਾ 80-80 ਕਿਲੋ ਵੇਖੋ, ਅੱਜ ਸੋਨੀਪਤ ਪਾਣੀਪਤ ਤੱਕ ਜਿਹੜਾ ਜਾਮ ਆ ਜਾਏਗਾ, ਹੁਣ 80 ਸਾਲ ਦੀ ਮਾਤਾ ਸਵੇਰੇ ਵੇਖੋ ਉਹਨਾਂ ਨੇ ਬਾਹਰ ਅੰਦਰ ਵੀ ਜਾਣਾ, ਬਜ਼ੁਰਗਾਂ ਨੇ ਉਹਨਾਂ ਨਹਾਉਣਾ ਧੋਣਾ ਵੀ ਆ। ਵੇਖੋ ਇਹਨਾਂ ਨੂੰ ਬੈਠਿਆਂ ਇਹ ਨਹੀਂ ਅੰਦਾਜ਼ਾ ਇਸ ਗੱਲ ਦਾ ਲਾਉਂਦੇ ਵੀ ਕਿੰਨੇ ਲੋਕ ਔਖੇ ਨੇ, ਕਿੰਨੀਆਂ ਇਹ ਸਾਨੂੰ ਪਿਕਨਿਕ ਦੱਸਦੇ ਆ। ਹੁਣ ਜਿਹੜੀ 80 ਸਾਲ ਦੀ ਮਾਤਾ ਸਾਡੀ ਟਰਾਲੀ ਸੁੱਤੀ ਆ, ਜਾਂ ਬਜ਼ੁਰਗ ਆ, ਉਹਦੇ ਬਾਹਰ ਜਾਣ ਨੂੰ ਕਿਤੇ ਕੋਈ ਜਗ੍ਹਾ ਨਹੀਂ, ਉਹਦੇ ਨਹਾਉਣ ਨੂੰ ਕੋਈ ਜਗ੍ਹਾ ਨਹੀਂ, ਉਹਦੇ ਸੌਣ ਨੂੰ ਕੋਈ ਜਗ੍ਹਾ ਨਹੀਂ, ਉਹ ਠੰਡ 'ਚ ਉੱਥੇ ਲੋਕ ਮਰ ਰਹੇ ਨੇ, ਅਤੇ ਇਹਨਾਂ ਨੂੰ ਪਿਕਨਿਕ ਦੇਖਦੇ ਆ। ਰਹੀ ਗੱਲ ਲੰਗਰਾਂ ਦੀ, ਸਾਡੇ ਖੁਸ਼ੀ ਹੋਵੇ, ਸਾਡੇ ਗਮੀ ਹੋਵੇ, ਲੰਗਰ ਸਾਡੇ ਇੱਦਾਂ ਹੀ, ਸਾਡੇ ਗੁਰੂਆਂ ਦੀ ਪ੍ਰਥਾ ਇੱਦਾਂ ਹੀ ਚੱਲਦੇ ਰਹੇ ਨੇ, ਅਤੇ ਜਿੰਨਾ ਚਿਰ ਕਾਇਨਾਤ ਹੈ ਇੱਦਾਂ ਚੱਲਦੇ ਰਹਿਣਗੇ। 26 ਤਰੀਕ ਵਾਲੇ ਦਿਨ ਜਿਹੜੀ ਆ ਹੁਣ ਟਰੈਕਟਰ ਮਾਰਚ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਚਾਹੇ ਉਹ ਕਿਹਾ ਜਾ ਰਿਹਾ ਕਿ ਜਿੰਨੇ ਮਰਜ਼ੀ ਵੱਡੇ ਪੜਾਵ ਹੋਣ ਉਹਨੂੰ ਦੂਰ ਕੀਤਾ ਜਾਵੇਗਾ, ਨੌਜਵਾਨ ਜਿਹੜਾ ਆ ਉਹ ਬਹੁਤ ਅੱਗੇ ਵੱਧ ਕੇ ਵੀ ਜਿਹੜਾ ਰੋਲ ਅਦਾ ਕਰ ਰਿਹਾ, ਹੁਣ ਵੀ ਦੇਖਦੇ ਪਏ ਹਾਂ ਟਰੈਕਟਰ ਜਿਹੜੇ ਚਲਾ ਰਹੇ ਨੌਜਵਾਨ ਹੀ ਨੇ, ਕਿਸ ਤਰ੍ਹਾਂ ਵੇਖਦੇ ਹੋ ਜੇ ਅਗਰ ਰੋਕਿਆ ਗਿਆ ਤਾਂ ਕਿਸ ਤਰ੍ਹਾਂ ਟਰੈਕਟਰ ਮਾਰਚ ਹੋ ਪਾਏਗਾ ਚੀਨਾ ਸਾਹਿਬ, ਕਿਉਂਕਿ ਬਹੁਤ ਸਾਰਾ ਵਾਟਰ ਕੈਨਨ ਦਾ ਜਿਹੜਾ ਸੀਗਾ ਉਹ ਵੀ ਇਸਤੇਮਾਲ ਕੀਤਾ ਗਿਆ, ਟੇਅਰ ਗੈਸ ਦੇ ਗੋਲੇ ਜਿਹੜੇ ਸੀਗੇ ਉਹ ਵੀ ਛੱਡੇ ਗਏ, ਕਿਸ ਤਰ੍ਹਾਂ ਸਮਝਦੇ ਹੋ ਕਿ 26 ਤਰੀਕ ਨੂੰ ਜਿਹੜਾ ਟਰੈਕਟਰ ਮਾਰਚ ਉੱਥੇ ਹੋ ਪਾਏਗਾ? ਗੱਲ ਇਹ ਆ ਵੀ ਸਰਕਾਰ ਨੂੰ ਇੱਕੋ ਹੀ ਗੱਲ 'ਚ ਕਹਿਣੀ ਚਾਹੁੰਦਾ, ਵਾਰਨਿੰਗ ਸਰਕਾਰ ਨੂੰ, ਨਾ ਛੇੜ ਸਰਦਾਰ ਨੂੰ, ਹੱਥ ਪਾ ਨਾ ਦਸਤਾਰ ਨੂੰ। ਇਹ ਸਰਕਾਰ ਨੂੰ ਵਾਰਨਿੰਗ ਆ, ਇਹ ਸਾਨੂੰ ਵਾਰਨਿੰਗ ਨਾ ਛੇੜੇ। ਚੀਨਾ ਸਾਹਿਬ ਆਲਮੋਸਟ ਜੋ ਹੈ ਜਿੱਤ ਵੀ ਪ੍ਰਾਪਤ ਹੁੰਦੀ ਵੀ ਨਜ਼ਰ ਆ ਰਹੀ, ਕਿਉਂਕਿ 2 ਸਾਲ ਦੀ ਉਹਨਾਂ ਨੇ ਕਿਹਾ ਕਿ ਰੋਕ ਲਗਾ ਦਿੰਦੇ ਹਾਂ, ਜੇ ਅਗਰ ਰੋਕ ਲੱਗ ਜਾਂਦੀ ਆ, ਤੁਸੀਂ ਕਾਫੀ ਜਿਹੜੇ ਸਿੰਗਰਸ ਨੇ ਤੁਹਾਨੂੰ ਜਾਣਦੇ ਵੀ ਨੇ, ਕਿਆ ਲੱਗਦਾ ਕਿ ਇੱਕ ਵੱਡਾ ਸੈਲੀਬ੍ਰੇਟ ਵੀ ਬਾਅਦ 'ਚ ਹੋ ਸਕਦਾ ਕਿ ਜੇ ਅਗਰ ਜਿੱਤ ਪ੍ਰਾਪਤ ਹੁੰਦੀ ਹੈ? ਬਿਲਕੁਲ, ਜਿੱਦਣ ਜਿੱਤ ਕੇ ਆਏ ਉਸ ਦੀ ਖੁਸ਼ੀ ਬਹੁਤ ਵੱਡਾ ਪ੍ਰੋਗਰਾਮ ਕਰਾਂਗੇ, ਵੱਡੇ ਲੈਵਲ 'ਤੇ ਉਹਨੂੰ ਸੈਲੀਬ੍ਰੇਟ ਕਰਾਂਗੇ। ਇੱਕ 19 ਵਾਰ ਅਸੀਂ ਇਹ ਦਿੱਲੀ ਜਿੱਤਣੀ ਆ, ਜੰਗ ਜਿੱਤਣੀ ਆ। ਵੇਖੋ ਸਾਡੇ ਜਿੱਥੋਂ ਤੱਕ ਸਾਡਾ ਇਤਿਹਾਸ ਆ, 10ਵੇਂ ਪਾਤਸ਼ਾਹ ਨੇ ਜਦੋਂ ਸਾਡੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਅਤੇ ਉਸ ਤੋਂ ਬਾਅਦ ਬੰਦਾ ਸਿੰਘ ਬਹਾਦਰ ਦੀ 5 ਤੀਰ ਦੇ ਕੇ, ਵੇਖੋ ਉਹਨਾਂ ਦੀ ਕਿਰਪਾ ਹੀ ਸੱਚੇ ਪਾਤਸ਼ਾਹ ਦੀ, ਉਹਨਾਂ ਨੇ ਉਹ ਆਪ ਕੀ ਨਹੀਂ ਕਰ ਸਕਦੇ, ਉਹਨਾਂ 5 ਤੀਰ ਬੰਦਾ ਸਿੰਘ ਬਹਾਦਰ ਨੂੰ ਦੇ ਕੇ, ਅਤੇ 5 ਸਿੰਘ ਨਗਾਰਾ ਦੇ ਕੇ, ਅਤੇ ਜਿਹੜੀ ਸਰਹੰਦ ਫਤਿਹ ਕਰਾਤੀ ਸੀ, ਉਹ ਗੁਰੂ ਆਪ ਕਿੱਡਾ ਵੱਡਾ ਹੋਊਗਾ। ਅੱਜ ਗੁਰੂ ਘਰਾਂ ਦੇ ਵਿੱਚ ਅਰਦਾਸਾਂ ਹੋ ਰਹੀਆਂ ਨੇ, ਸਮੁੱਚੀਆਂ ਜਿੰਨੀਆਂ ਸਾਡੀਆਂ ਜਿਹੜੀਆਂ ਹੈਗੀਆਂ ਸਿੱਖ ਜਥੇਬੰਦੀਆਂ, ਸਿੱਖ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿੰਨੇ ਵੀ ਮਤਲਬ ਹਜ਼ੂਰ ਸਾਹਿਬ ਵਾਲੇ ਬਾਬਾ ਜੀ ਜਾਂ ਜਿੰਨੀਆਂ ਵੀ ਹੋਰ ਸੰਪਰਦਾਵਾਂ ਨੇ, ਸਾਰੇ ਉੱਥੇ ਨਿਹੰਗ ਸਿੰਘ ਜਥੇਬੰਦੀਆਂ ਡਟ ਕੇ ਖੜ੍ਹੇ ਉੱਥੇ ਖੜੀਆਂ ਨੇ। ਰਾਤ ਦਿਨ ਉੱਥੇ ਕੀਰਤਨ ਹੋ ਰਿਹਾ, ਪਾਠ ਹੋ ਰਿਹਾ, ਪਿੰਡਾਂ ਦੇ ਵਿੱਚ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਰਹੇ ਜਾ ਰਹੇ ਆ, ਅਰਦਾਸ ਕੀਤੀ ਜਾ ਰਹੀ ਆ। ਗੁਰੂ ਸਾਹਿਬ ਜਿਹੜੇ ਆ ਉਹ ਆਪ ਕਿਰਪਾ ਕਰਕੇ ਸਾਰਿਆਂ 'ਤੇ ਇਹ ਸੇਵਾ ਆਪ ਲੈ ਰਹੇ ਆ, ਆਪ ਹਾਜ਼ਰ ਨਾਜ਼ਰ ਨੇ। ਅਤੇ ਮੈਂ ਆਸ ਕਰਦਾ ਵੀ ਇਹ ਜੰਗ ਜਿਹੜੀ ਅਸੀਂ ਜਿੱਤ ਲਈ ਆ, ਸਾਡੇ ਚਿਹਰਿਆਂ 'ਤੇ ਖੁਸ਼ੀ ਆ, ਭਾਵੇਂ ਅਸੀਂ ਸੜਕਾਂ 'ਤੇ ਬੈਠੇ ਹਾਂ, ਭਾਵੇਂ ਅਸੀਂ ਰਾਤਾਂ ਠੰਡ 'ਚ ਕੱਟਣ ਡਏ ਹਾਂ, ਅਤੇ ਇਹਨਾਂ ਦੇ ਦਿੱਲੀ ਦਰਬਾਰ 'ਚ ਬੈਠਿਆਂ ਦੇ ਮਯੂਸ ਜਿਹੜੇ ਚਿਹਰੇ ਨੇ ਉਹ ਦੱਸਦੇ ਨੇ ਵੀ ਇਹ ਜੰਗ ਅਸੀਂ ਜਿੱਤ ਲਈ ਆ, ਬਹੁਤ ਜਲਦੀ ਜਿੱਤ ਲਾਂਗੇ। ਹਰ ਨੌਜਵਾਨ ਵੀਰ ਘਰਾਂ 'ਚੋਂ ਨਿਕਲੋ, ਅੱਜ ਇਸ ਅੰਦੋਲਨ ਦਾ ਹਿੱਸਾ ਬਣੋ। ਆਉਣ ਵਾਲੀਆਂ ਅਸੀਂ ਬੜੇ ਮਾਣ ਨਾਲ ਫਕਰ ਨਾਲ ਆਪਣਾ ਇਤਿਹਾਸ ਸੁਣਾਉਂਦੇ ਹਾਂ, ਆਪਣੀ ਗੱਲ ਬੜੀ ਹਿੱਕ ਠੋਕ ਕੇ ਕਰਦੇ ਹਾਂ। ਅਸੀਂ ਕਹਿੰਦੇ ਹਾਂ ਦਿੱਲੀ 18 ਵਾਰ ਜਿੱਤੀ ਸੀ, ਅਤੇ ਅੱਜ ਵੀਰੋ ਤੁਹਾਨੂੰ ਆਪਣੇ ਘਰਾਂ 'ਚੋਂ ਨਿਕਲਣਾ ਪੈਣਾ। ਅੱਜ ਵੀ ਆਪਾਂ ਦਿੱਲੀ ਜਿੱਤਣੀ ਆ, ਜਿੱਤੀ ਆ, ਜਿੱਤ ਕੇ ਮੁੜਾਂਗੇ। ਪਰ ਹੱਥ ਜੋੜ ਕੇ ਬੇਨਤੀ ਆ, ਜਿਹੜੇ ਨੌਜਵਾਨ ਅੱਜ ਵੀ ਘਰਾਂ 'ਚ ਬੈਠੇ ਨੇ ਉਹ ਨਿਕਲੋ, ਉਹ ਇਹ ਵੇਖੋ ਵੀ ਉੱਥੇ 80-80 ਸਾਲ ਦੀਆਂ ਸਾਡੀਆਂ ਮਾਤਾਵਾਂ ਬਜ਼ੁਰਗ ਉੱਥੇ, ਦੋਵੇਂ ਜਿਹੜੇ ਦੋ ਹੈਂਡੀਕੈਪ ਨੇ ਜੀ, ਜਿਸ ਮਾਤਾ ਦਾ ਵੇਖੋ ਬਾਪੂ ਸ਼ਹੀਦ ਹੋ ਗਿਆ ਅਤੇ ਮਾਤਾ ਫਿਰ ਅੰਦੋਲਨ 'ਚ ਬੈਠੀ ਆ। ਵੇਖੋ ਇਹ ਗੱਲਾਂ ਜਿਹੜੀਆਂ ਨੇ ਸਾਡੇ ਧਰਮ 'ਚ ਸਾਡੇ ਗੁਰੂਆਂ ਵੱਲੋਂ ਸਾਨੂੰ ਸਿਖਾਈਆਂ ਨੇ, ਇਹਨਾਂ ਗੱਲਾਂ ਵੱਲ ਝਾਤ ਮਾਰੋ। ਆਓ ਇੱਕ ਮੁੱਠ ਇੱਕਜੁੱਟ ਹੋ ਕੇ, ਜਿਹੜੀਆਂ ਜਥੇਬੰਦੀਆਂ ਅੱਗੇ ਲੜਾਈ ਲੜਨ ਰਹੀਆਂ ਨੇ ਬਹੁਤ ਸੋਹਣੀ ਲੜਨ ਰਹੀਆਂ ਨੇ, ਵਾਹਿਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਉਹਨਾਂ ਸਾਡੇ ਬਜ਼ੁਰਗਾਂ 'ਤੇ, ਉਹਨਾਂ ਵੀਰਾਂ 'ਤੇ। ਉਹ ਸੋਹਣੀ ਲੜਾਈ ਲੜਨ ਡਏ ਨੇ, ਉਹ ਲੜਾਈ ਆਪਾਂ ਉਹਨਾਂ ਦੇ ਮਗਰ ਲਾ ਕੇ, ਕੋਈ ਵੀ ਨੌਜਵਾਨ ਵੀਰ ਇਹੋ ਜਿਹੀ ਗਲਤੀ ਨਾ ਕਰੇ ਜਿਹਦਾ ਉਹਨਾਂ ਨੂੰ ਸ਼ਰਮਿੰਦਾ ਉੱਥੇ ਬੈਠਿਆਂ ਹੋਣਾ ਪਵੇ। ਉਹਨਾਂ ਦੇ ਹੁਕਮ 'ਚ ਜੇ ਉਹ ਕਹਿਣਗੇ ਦਿੱਲੀ ਦੇ ਬੈਰੀਗੇਡ ਤੋੜਨੇ ਆ ਤਾਂ ਤੋੜਾਂਗੇ, ਜੇ ਉਹ ਕਹਿਣ ਨਹੀਂ ਤੋੜਨੇ ਤਾਂ ਨਹੀਂ ਤੋੜਾਂਗੇ। ਜੋ ਉਹਨਾਂ ਦਾ ਹੁਕਮ ਆ ਉਹਨੂੰ ਵਜਾਈਏ, ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਨੂੰ ਸਾਥ ਦਈਏ, ਕਿੰਤੂ ਪਰੰਤੂ ਗੱਲਾਂ ਕਰਕੇ ਅੰਦੋਲਨ ਨੂੰ ਨਾ ਭਟਕਾਈਏ, ਲੋਕਾਂ ਦਾ ਧਿਆਨ ਇੱਧਰ ਉੱਧਰ ਨਾ ਲਾਈਏ, ਆਪਾਂ ਉਹਨਾਂ ਨੂੰ ਅੱਗੇ ਲੱਗੇ ਰਹਿਣ ਦੀਏ, ਉਹਨਾਂ ਦੇ ਪਿੱਛੇ ਰਹਿ ਕੇ ਜੋਸ਼ ਅਤੇ ਹੋਸ਼ ਨਾਲ ਇਹ ਜੰਗ ਜਿੱਤੀਏ। ਸ਼ੀਨਾ ਸਾਹਿਬ, ਲਾਸਟ ਕੁਸ਼ਚਨ ਹੈ ਮੇਰਾ। ਅੱਜ ਜਿਹੜੀ ਮੀਟਿੰਗ ਹੋ ਰਹੀ ਹੈ, ਕਹਿ ਰਹੇ ਕਾਫੀ ਤਲਖੀ ਭਰੀ ਮੀਟਿੰਗ ਜਿਹੜੀ ਆ ਹੋ ਰਹੀ ਹੈ, ਕੇਂਦਰ ਸਰਕਾਰ ਦੇ ਜੇ ਕੁਛ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਜਿਸ ਵਿੱਚ ਕਿਸਾਨਾਂ ਨਾਲ ਬੜਾ ਤਲਖੀ ਭਰੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਕਿਆ ਲੱਗਦਾ ਕਿ ਦੋਹਰੀ ਨੀਤੀ ਹੈ, ਇੱਕ ਬੰਨੇ ਤਲਖੀ ਤਰ੍ਹਾਂ ਗੱਲ ਕੀਤੀ ਜਾ ਰਹੀ, ਦੂਸਰੇ ਬੰਨੇ ਸੱਦੇ ਦਿੱਤੇ ਜਾ ਰਹੇ ਨੇ ਕਿ ਗੱਲਬਾਤ ਕੀਤੀ ਜਾਵੇ, ਇਹਦਾ ਗੱਲ ਦਾ ਹੱਲ ਕੱਢਿਆ ਜਾਵੇ? ਬਿਲਕੁਲ, ਇਹ ਜੋ ਮਰਜ਼ੀ ਤਲਖੀ ਕਰਨ, ਅੱਜ ਜਿਹੜੇ ਫੌਜੀ ਨੌਜਵਾਨ ਵੀਰ ਨੇ ਬਾਰਡਰ 'ਤੇ ਬੈਠੇ, ਉਹ ਇਹਨਾਂ ਕਿਸਾਨਾਂ ਦੇ ਪੁੱਤ ਨੇ, ਉਹਨਾਂ ਦੀਆਂ ਹੀ ਫੌਜੀ ਜਵਾਨਾਂ ਦੀਆਂ ਜਿਹੜੀਆਂ ਮਾਵਾਂ ਬਜ਼ੁਰਗ ਨੇ ਅੱਜ ਧਰਨੇ 'ਚ ਬੈਠੇ ਨੇ, ਅੱਜ ਜਿਹੜੇ ਪੁਲਿਸ ਵਾਲੇ ਵੀਰ ਨੇ ਉਹਨਾਂ ਦੇ ਵੀ ਸਾਰੇ ਪਰਿਵਾਰ ਉੱਥੇ ਬੈਠੇ ਨੇ। ਮੈਂ ਨਹੀਂ ਸਮਝਦਾ ਇਹਨਾਂ ਦੇ ਹੁਕਮ ਨੂੰ ਅੱਜ ਸਾਡੇ ਵੀ ਠੀਕ ਆ, ਉਹ ਇੱਕ ਅਨੁਸ਼ਾਸਨ 'ਚ ਰਹਿਣਾ ਪੈਂਦਾ ਉਹਨਾਂ ਨੂੰ, ਪਰ ਮੈਂ ਨਹੀਂ ਸਮਝਦਾ ਵੀ ਕੋਈ ਨੌਜਵਾਨ ਜਾਂ ਕੋਈ ਫੌਜੀ ਵੀਰ ਇਹੋ ਜਿਹੀ ਹਰਕਤ ਕਰੂਗਾ ਵੀ ਆਪਣੇ ਭੈਣ ਭਰਾਵਾਂ 'ਤੇ, ਆਪਣੇ ਬਜ਼ੁਰਗਾਂ 'ਤੇ ਕੋਈ ਗੋਲੀਆਂ ਚਲਾਊਗਾ, ਕੋਈ ਲਾਠੀਆਂ ਮਾਰੂਗਾ। ਇਹਨਾਂ ਨੂੰ ਇਸ ਗੱਲ ਦੀ ਸਮਝ ਆ ਚੁੱਕੀ ਆ ਵੀ ਜਿਹੜੀ ਗਲਤੀ ਅੱਗੇ ਅਸੀਂ ਕੀਤੀਆਂ ਸੀ ਉਹ ਇਸ ਵਾਰ ਸਾਡੇ ਨੌਜਵਾਨ ਵੀਰ, ਫੌਜੀ ਵੀਰ, ਪੁਲਿਸ ਕਦੀ ਨਹੀਂ ਕਰਨਗੇ, ਅਸੀਂ ਆਪਸ 'ਚ ਕਦੀ ਨਹੀਂ ਲੜਾਂਗੇ। ਇਹ ਕੋਈ ਕਿਸੇ ਦੇਸ਼ ਨੂੰ ਇਹ ਨਹੀਂ, ਇਹ ਤਾਂ ਕਾਨੂੰਨ ਨਹੀਂ ਆ ਵੀ ਉਹ ਆਪਣੇ ਆਪਣੇ ਲੋਕਾਂ 'ਤੇ ਟੈਂਕ ਜਾਂ ਗੋਲੀਆਂ ਚਲਾਵੇ। ਸ਼ਾਂਤਮਈ ਅੰਦੋਲਨ ਕਰ ਰਹੇ ਹਾਂ, ਕਰਨ ਡਏ, ਕਰਦੇ ਰਹਾਂਗੇ। ਅੱਜ ਮੰਨਜੇ, ਛਿਆਂ ਮਹੀਨਿਆਂ ਨੂੰ ਮੰਨਜੇ, ਸਾਲ ਨੂੰ ਮੰਨਜੇ, ਇਹ ਸੇਵਾਵਾਂ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ, ਭਰਾਵਾਂ ਦੇ ਸੰਯੋਗ ਨਾਲ ਚੱਲ ਰਹੀਆਂ ਨੇ ਅਤੇ ਵਾਹਿਗੁਰੂ ਕਿਰਪਾ ਕਰਨ ਚੱਲਦੀਆਂ ਹੀ ਰਹਿਣਗੀਆਂ। ਸੋ ਇਹ ਸਨ ਗੁਰਸੰਤ ਸਿੰਘ ਸੀਨਾ ਜੀ, ਲਗਾਤਾਰ ਹੀ ਇਹਨਾਂ ਵੱਲੋਂ ਜਿਹੜੀਆਂ ਸੇਵਾਵਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ, ਅਤੇ ਕਿਹਾ ਹੀ ਜਾ ਰਿਹਾ ਕਿ ਜਿੰਨੀ ਦੇਰ ਤੱਕ ਜ਼ਰੂਰਤ ਪਏਗੀ ਉਦੋਂ ਤੱਕ ਜਿਹੜੀਆਂ ਸੇਵਾਵਾਂ ਜਿਹੜੀਆਂ ਨੇ ਉਹ ਕੀ ਕਰਨਗੇ। ਲੇਕਿਨ ਜੇ ਗੱਲ ਕੀਤੀ ਜਾਵੇ ਕੇਂਦਰ ਸਰਕਾਰ ਦੀ, ਤਾਂ ਕੇਂਦਰ ਸਰਕਾਰ ਅਤੇ ਕਿਸਾਨਾਂ ਦੇ ਵਿੱਚ ਅੱਜ ਇੱਕ ਵਾਰ ਤੋਂ ਫਿਰ ਤੋਂ ਜਿਹੜੀ ਆ 11ਵੇਂ ਦੌਰ ਦੀ ਜਿਹੜੀ ਆ ਮੀਟਿੰਗ ਜਿਹੜੀ ਆ ਉਹ ਚੱਲ ਰਹੀ ਹੈ, ਲੇਕਿਨ ਕੋਈ ਨਾ ਕੋਈ ਸਾਰਥਿਕ ਹੱਲ ਨਿਕਲਦਾ ਹੋਇਆ ਨਜ਼ਰ ਨਹੀਂ ਆ ਰਿਹਾ। ਲੇਕਿਨ 2 ਸਾਲ ਲਈ ਜਿਹੜਾ ਆ ਉਹਨਾਂ ਵੱਲੋਂ ਕਿਹਾ ਗਿਆ ਕਿ 2 ਸਾਲ ਲਈ ਜਿਹੜਾ ਵਾ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਇਹਨੂੰ ਜਿਹੜਾ ਆ ਉਹ ਰੱਦ ਵੀ ਕਰ ਦਿੱਤਾ ਜਾਏਗਾ। ਲੇਕਿਨ ਕਿਤੇ ਨਾ ਕਿਤੇ ਕਿਸਾਨ ਇੱਕ ਵਾਰ ਫਿਰ ਤੋਂ ਇਹੀ ਕਹਿ ਰਹੇ ਨੇ ਕਿ ਉਹਨਾਂ ਨੂੰ ਹਮੇਸ਼ਾ ਲਈ ਜਿਹੜਾ ਇਹ ਜਿਹੜਾ ਲੋਅ ਬਣਿਆ ਇਹਨੂੰ ਜਿਹੜਾ ਆ ਖਤਮ ਕਰਨ ਵਾਸਤੇ ਹੀ ਜਿਹੜੀ ਆ ਗੱਲਬਾਤ ਕੀਤੀ ਜਾ ਰਹੀ ਹੈ। ਲੇਕਿਨ ਉਹਨਾਂ ਦਾ ਇਹ ਵੀ ਕਹਿਣਾ ਕਿ ਜੇਕਰ ਇਹ ਜਿਹੜਾ ਲੋਅ ਖਤਮ ਨਾ ਕੀਤਾ ਗਿਆ ਤਾਂ 26 ਤਰੀਕ ਵਾਲੇ ਦਿਨ ਜਿਹੜਾ ਹੈ ਟਰੈਕਟਰ ਜਿਹੜੇ ਨੇ ਉਹ ਦਿੱਲੀ ਦੀ ਹਿੱਕ ਦੇ ਉੱਤੇ ਜ਼ਰੂਰ ਕੂਕਣਗੇ ਅਤੇ ਮਾਰਚ ਵੀ ਜਿਹੜਾ ਆ ਉਹ ਜ਼ਰੂਰ ਕੀਤਾ ਜਾਵੇਗਾ। ਕੈਮਰਾਮੈਨ ਜੈਪ੍ਰੀਤ ਦੇ ਨਾਲ ਗੁਰਪ੍ਰੀਤ ਸਿੰਘ, ਪੰਜਾਬੀ ਲੋਕ ਚੈਨਲ, ਅੰਮ੍ਰਿਤਸਰ।